फाजिल कदे कोले रोड ते हाथी चौंक दे नेड़े पटेजियां दे आरे दे विच लगी अग होया नुकसान। फायर ब्रिगेड दी गड्डी ने मौके ते पहुंच के पाया अग दे काबू। फाजिल कदे कोले रोड ते हाथी चौंक दे नेड़े स्थित अजय पटेजा दे आरे ते अचानक रात 8 बजे दे करीब अग लग गई। अग दीआं लपटां देख के बच्चियां वालों इस दी सूचना अपने परिवारिक मैंबरां नूं दित्ती गई, जिस तों बाद सूचना फायर ब्रिगेड नूं दे दित्ती गई, जिस ते फायर ब्रिगेड दी गड्डी मौके ते पहुंची, जिस दे वालों इत्थे रेस्क्यू ऑपरेशन शुरू किया गया। उधर आरे दे मालक ने दस्सिया कि वह अपने घर दे विच 7:45 बजे गया सी, जिस तों बाद उन्हां नूं पड़ोसियों वालों सूचना दित्ती गई कि आरे दे विच अग लग गई है, जिस तों बाद वह मौके ते पहुंचे। उधर फायर ब्रिगेड दे कर्मचारी ने दस्सिया कि अग ते काबू पाया जा चुका है, स्थिति कंट्रोल दे विच है। उन्होंने कहा कि अग दे विच होए नुकसान बारे सवेरे ही पता चल पाएगा। हाँ जी अंकल, की नाम तुहाडा जी? अजय पटेजा जी। किस तरह नाल यह हादसा होया जी? पता नहीं, मैं तो हमने बता के गया कुछ आधा घंटा पहले। अच्छा जी। तो मैं तो महल वाले तो मैसेज आया भी थोड़े अंदर अग लगी है, तो मैं इतलाह किया फायर ब्रिगेड वाले आ गए, ईश्वर की कृपा नाल बचत हो गई है। किन्ना कु नुकसान हो गया अंकल? देखो जी, तुम सवेरे पता लग सकेगा कि लकड़ जा रही, कि कारण पता लगे जी अग लगन का? कोई कारण नहीं पता लगे जी, इतने कोई बिजली तार है नहीं, पता नहीं किस वजह ना लगी, समझ नहीं आई। ਕਿੰਨੇ ਕੁ ਵਜੇ ਮਤਲਬ ਅੱਗ ਲੱਗੀ ਸੀ? ਹੁਣੇ 10 ਮਿੰਟ ਪਹਿਲੇ ਮੈਨੂੰ ਮੈਸੇਜ ਆਇਆ ਜੀ, ਮੈਂ ਕੋਈ 7:45 ਵਜੇ ਤੱਕ ਗਿਆ ਜੀ। ਅੱਛਾ ਜੀ। 7:15 ਵਜੇ ਮੈਨੂੰ ਮੈਸੇਜ ਆ ਗਿਆ ਜੀ। ਅਤੇ ਫਾਇਰ ਬ੍ਰਿਗੇਡ ਨੇ ਆ ਕੇ ਕੰਟਰੋਲ ਕੀਤਾ? ਹਾਂਜੀ, ਫਾਇਰ ਬ੍ਰਿਗੇਡ ਨੇ ਕੰਟਰੋਲ ਕੀਤਾ। ਕਿਹਨਾਂ ਸਰ ਤੁਹਾਡਾ? ਰਕੇਸ਼ ਕੁਮਾਰ, ਫਾਇਰ ਬ੍ਰਿਗੇਡ ਫਾਈਟਾ। ਕੀ ਗੱਲ ਕੀ ਹੋਈ ਹੈ ਜੀ? ਇਸ ਤਰ੍ਹਾਂ ਜੀ, ਸਾਨੂੰ ਫੋਨ ਆਇਆ ਜੀ ਪਟੇਜੇ ਦਾ ਆਰਤੀ ਚੌਂਕ ਵਿਖੇ ਅੱਗ ਲੱਗੀ ਹੈ ਲੱਕੜ ਦੇ ਢੇਰ ਨੂੰ। ਅਸੀਂ ਆਏ ਹਾਂ ਮੌਕੇ 'ਤੇ, ਅੱਗ ਸੀਗੀ ਬਹੁਤ ਜ਼ਿਆਦਾ, ਪਰ ਹੁਣ ਕੰਟਰੋਲ ਹੈ, ਕੰਟਰੋਲ ਦੇ ਵਿੱਚ ਕਰ ਲਈ ਗਈ ਹੈ। ਕਿੰਨਾ ਕੁ ਟਾਈਮ ਲੱਗ ਗਿਆ ਜੀ ਇਹਨੂੰ ਬੁਝਾਉਣ 'ਤੇ? ਇਹਨੂੰ ਬੁਝਾਉਣ 'ਤੇ ਤਕਰੀਬਨ ਅੱਧਾ ਕੁ ਘੰਟੇ ਦਾ ਪ੍ਰੋਸੈਸ ਜੀ ਚੱਲ ਗਿਆ, ਅਤੇ ਹੁਣ ਕੰਟਰੋਲ ਹੈ ਬਿਲਕੁਲ। ਕਿੰਨਾ ਕੁ ਨੁਕਸਾਨ ਹੋ ਗਿਆ ਹੋਏਗਾ ਜੀ? ਨੁਕਸਾਨ ਕੋਈ ਹੁਣ ਦੇਖਦੇ ਹਾਂ ਜੀ ਕਿੰਨਾ ਕੁ ਨੁਕਸਾਨ, ਉਸ ਹਿਸਾਬ ਨਾਲ ਇਹਨਾਂ ਦੇ ਦੱਸਣ ਮੁਤਾਬਕ ਜੋ ਵੀ ਹੈ। ਇਹ ਕਿੰਨਾ ਦਾ ਆ ਰਿਹਾ ਹੈ ਜਿੱਥੇ ਅਗਲੇ? ਇਹ ਪਟੇਜਾ ਆ ਰਿਹਾ ਹਾਥੀ ਚੌਂਕ ਉੱਤੇ। ਕਿੱਥੇ? ਹਾਥੀ ਚੌਂਕ ਦੇ ਕੋਲ ਪਟੇਜਾ ਆ ਰਿਹਾ ਜੀ। ਓਕੇ। ਕੀ ਨਾਂ ਤੁਹਾਡਾ ਜੀ? ਰਮਨ ਕੁਮਾਰ ਜੀ। ਰਮਨ ਜੀ, ਕੀ ਹਾਦਸਾ ਹੋਇਆ ਇੱਥੇ? ਬਸ ਪਿੱਛੇ ਦਰਗਾਹ ਬਣੀ ਹੋਈ ਸੀ, ਉੱਥੇ ਮਤਲਬ ਚਿਰਾਗ ਜਲ ਰਹੇ ਸੀ ਅਤੇ ਚਲੇ ਗਏ ਸੀਗੇ। ਅੱਛਾ ਜੀ। ਪਿੱਛੋਂ ਅੱਗ ਲੱਗ ਗਈ, ਇੱਥੋਂ ਗੁਆਂਢੀਆਂ ਨੇ ਫੋਨ ਕੀਤਾ ਹੈ, ਤਾਂ ਮਤਲਬ ਕੁੱਲ ਮਿਲਾ ਕੇ ਬੱਚਤ ਹੋ ਗਈ ਹੈ, ਵੱਡਾ ਹਾਦਸਾ ਹੁਣ ਤੋਂ ਬਚ ਗਿਆ। ਅੱਛਾ ਜੀ। ਇਹ ਕਿੰਦਾ ਆ ਰਿਹਾ ਜੀ? ਇਹ ਅਜੇ ਪਟੇਜਾ ਜੀ ਦਾ। ਕਿੱਥੇ ਬਣਿਆ ਹੋਇਆ ਜੀ ਯਾਰ? ਕਿੱਥੋਂ? ਇਹ ਆਪਣਾ ਕਾਲਜ ਰੋਡ 'ਤੇ। ਅਜੇ ਸਿੰਘ। ਅਜੇ ਕੀ ਕਿਵੇਂ ਲੱਗੀ ਸੀ ਅੱਗ? ਅਸੀਂ ਖੇਡਦੇ ਪਏ ਸੀ ਖੋਸੀ ਮਾਰਨ। ਅੱਛਾ ਜੀ। ਤੇ ਅਸੀਂ ਕਿਹਾ ਚੱਲ ਭਰਾ ਅੱਗ ਬੰਦੀ ਪਈ, ਤੇ ਅਸੀਂ ਵੇਖਾ ਤੇ ਅੱਗ ਲੱਗੀ ਖਲੀ, ਅਸੀਂ ਘਰੇ ਗਏ ਉਹਨਾਂ ਦੇ ਪੰਜ ਕੇ। ਉਹਨਾਂ ਨਾਲ ਗਏ ਮੇਰੇ ਪ੍ਰਿੰਸ ਜੀ। ਅਸੀਂ ਨਾਲ ਸੀ। ਹਾਂ, ਮੈਂ ਤਾਂ ਉਸ ਦਿੱਤਾ ਸੀ। ਅੱਛਾ। ਅਸੀਂ ਚਾਰ ਜੀ ਨੇ ਸੀ। ਤੁਸੀਂ ਬੁਝਾਉਣ ਦਾ ਪ੍ਰਯਾਸ ਨਹੀਂ ਕੀਤਾ? ਨਾ, ਅਸੀਂ ਉਹ ਫਿਰ ਉਹਨਾਂ ਨਾਲ ਲਾਣ ਗਏ ਸੀ। ਤਾਲਾ ਲੱਗਾ ਸੀ। ਤਾਲਾ ਲੱਗਾ ਸੀ। ਮਤਲਬ ਤੁਸੀਂ ਬੁਲਾ ਕੇ ਲਿਆਏ? ਹਾਂ ਜੀ। ਅਸੀਂ ਤਾਲਾ ਨਹੀਂ ਤੋੜ ਸਕੇ। ਠੀਕ। ਕੀ ਨਾਂ ਤੁਹਾਡਾ? ਅਜੇ ਸਿੰਘ।